बिस्मिल्लाहिर्रहमानिर्रहीम अस्सलामुअलैकुम वेख रहे हो तुसीं अपना सुरकियां चैनल ते मैं तुहाडा मेज़बान विशाल भरावां वास्ते रोजाना दी नवीं तो नवीं ते अच्छी तो अच्छी वीडियो लैके हाजर हो वी ते उम्मीद करना इंशाल्लाह भरावां नूं वीडियो पसंद आउंदी वीडियो नूं लाइक भी कर दे वीडियो नूं शेयर भी कर दे सब तो पहला अपने चैनल नूं करना सबसक्राइब ते बैल आइकन का बटन जरूर दबा लेना ताकि साडी आवण वाली नवीं तो नवीं वीडियो जिहड़ी है भरावां तक आसानी पहुँच सके वीडियो जी बना लगे वीडियो भाई मलक सान की अगे तुम वीडियो वेखते हो मलक पर मिर्जे की मलक सान ते मलक मजम्मल दोवां दा जिहड़ा ना एक ही पिंड है मलक पर मिर्जा बाकी एड्रैस इंज जिला गुजरात तहसील भी गुजरात ते पिंड इन्हां दा जिहड़ा मलक पर मिर्जा बाकी डंगर की गलबात जी सारी असं भाई साहब ना करा जो दो झोटियां ने अज ज लैके आए हैं वीडियो में पानिया ने दोवे सोईया जी गलबात है ना वो सारी असं भाई साहब ना करा बाकी खुद ही को कर बुलंद इतना कि हर तकदीर से पहले खुदा खुद बंदे से पूछे के बता तेरी रजा क्या है अस्सलाम वालेकुम जी। वालेकुम सलाम जी। नाओ क्या हाल है? खैर है भाई निशान अल्लाह दा शुक्र है ठीक ठाक। ठीक ठाक हो जी अल्हम्दुलिल्लाह दुआवां तोड़ी। दो ही लियानियां जी अज जी झोटियां त्रै लियानियां जी एक कल दे सड़ी जी ते दो होणे जी दोवे पहलना ने जी पहलना जी दोवे झोटियां जी जेड़ी दित्ती जी किधर टोरी जी ओ खड़ी जी भाई जी फरीद अब्राहम दा अब्राहम दा ओने खड़ी जी ओने जा दोवे सुईयां ने जी दोवे सुईयां ने मतलब करिए वीडियो फिर जा करो लियाओ जी माय नंबर 1 जेड़ी है झोटी ते नंबर 2 दोवे पहलना बाकी जेड़ियां ने केड़ी पानी जे पहले नंबर पे जे ऐ खोलो लियाओ जी खोलो ज़ैद ज़ैद सुनो ना जी ज़ैद ज़ैद आ जाओ भाई साहब तुसी अंदर ना हो ਜੂ ਉਹੀ ਇੱਕ ਜੀ ਜੂ ਹੋਈ ਹੈ ਭਾਈ ਇੱਕੋ ਹੀ ਜੂ ਹੈ ਰੋਜ਼ ਮਤਲਬ ਦੇਸੀ ਹੈ ਭਰਾਵਾਂ ਨੇ ਮਾੜੀ ਗੱਲ ਹੁੰਦੀ ਹੈ ਨਹੀਂ ਨਹੀਂ ਦੇਖੋ ਚੀਜ਼ਾਂ ਹੀ ਪਈਆਂ ਦੱਸਣ ਦੀਆਂ ਤੇ ਜੂ ਤੇ ਇੱਕ ਹੀ ਆ ਜਿੱਥੋਂ ਲਿਆਵੀ ਦੀਆਂ ਜਿੱਥੋਂ ਲਿਆਵੀ ਦੀਆਂ ਤੇ ਉਹ ਤੇ ਅੱਗੇ ਵੀ ਚਲੋ ਚੱਲਦੇ ਵੀ ਭਰਾਵਾਂ ਨੂੰ ਪਤਾ ਹੀ ਹੈ ਜੀ ਨੰਬਰ 1 ਆ ਗਈ ਜੀ ਜਿਹੜੀ ਝੋਟੀ ਭਾਈ ਸਾਹਿਬ ਬਣਾਣੀ ਤੁਸੀਂ ਹੈ ਮੋ ਚੁੱਕੇ ਜੀ ਭਾਜੀ ਪਹਿਲੇ ਸੂ ਝੋਟੀ ਹੈ दंद जड़े ने ਬਾਕੀ ਵੰਗਾ ਆਈਏ ਤੱਕ ਵੰਗੇ ਤੋਂ ਬਗੈਰ ਆ ਵੰਗੇ ਤੋਂ ਬਗੈਰ ਨੇ ਜਿੱਥੇ ਪੈਰ ਆ ਦੀਆਂ ਨੇ ਚੁਗਲੀਆਂ ਨਹੀਂ ਆਣ ਲੱਗੀ ਮਿਹਰਬਾਨੀ ਨਾਲ ਜਿੰਦਾਬਾਦ ਇਹ ਹੁਣ ਤੁਹਾਨੂੰ ਦੱਸਨੇ ਆ 2 ਮਿੰਟ ਜੀ ਵਾਹ ਹਾਈ ਕੁਮਾਰੀ ਇੱਥੇ ਦੱਸੋ ਭਰਾਵਾਂ ਨੂੰ ਤੇ ਭਾਈ ਬਲਾਲ ਜਰਾ ਦੱਸੀ ਭਰਾਵਾਂ ਨੂੰ ਮੈਂ ਨਸਲਾਂ ਹੁੰਦੀਆਂ ਨੇ ਛੱਡ ਦਿਓ ਜੀ ਬਗੈਰ ਬੱਚੇ ਤੋਂ ਇੱਥੇ ਥੱਲੇ ਬਹਿ ਜਾ ਕੋਈ ਵੰਗਾ ਨਹੀਂ ਕੋਈ ਵੰਗਾ ਨਹੀਂ ਕੋਈ ਲੈਣ ਨਹੀਂ ਉਹ ਜੀ ਬਹੁਤ ਤਾਂ ਵੀ ਮਾਰ ਚਲਾ ਅੱਲਾ ਦੀ ਮਿਹਰਬਾਨੀ ਨਾਲ ਆ ਲੜਨੇ ਲੱਗੇ ਲੜਨੇ ਲੱਗੇ ਲੱਤ ਤੋਂ ਲੱਤ ਨਹੀਂ ਚੁੱਕਣ ਲੱਗੇ ਯਾ ਲੱਤ ਤੋਂ ਲੱਤ ਨਹੀਂ ਲਈ ਨਹੀਂ ਚੁੱਕਣ ਲੱਗੇ ਬੱਚਾ ਕਿਸ ਨੂੰ ਮਗਰ ਇਹਦੇ ਮਗਰ ਇਹਦੇ ਭਾਈ ਜੀ ਕੱਟਾ ਜੇ ਅੱਜ 5 ਤੋਂ 6 ਦਿਨਾਂ ਦੀ ਸੂਈ ਜੀ 5 ਤੋਂ 6 ਦਿਨਾਂ ਦੀ ਸੂਈ ਹੈ ਰੱਤ ਹੀ ਨਹੀਂ ਸੱਟੀ ਜੀ ਨਹੀਂ ਹੈ ਇਹ 5 ਰੱਤ ਕੱਚੀ ਹੈ ਨਾ ਯਾ ਬਾਕੀ ਭਰਾਵਾਂ ਦੇ ਸਾਹਮਣੇ ਮੂੰਹ ਬਲਾਲ ਪਿਆ ਵਹਾਂਦਾ ਇਹ ਮਹਿਰਾ ਚ ਮੁਰਗ ਦਾ ਨਿਸ਼ਾਨ ਕੋ ਨਹੀਂ ਰਹਿ ਜੀ ਮੁਰਗ ਅਸੀਂ ਪਾਈ ਹੈ ਉਹ ਤੇ ਵਾੜਿਆਂ ਚ ਖੁੱਲੀ ਹੀ ਰੱਖਦੇ ਨੇ ਜੀ ਤੇ ਅਸਾਂ ਦੇ ਫਿਰ ਇਸ ਨੂੰ ਪਾਣੀਆਂ ਹੁੰਦੀਆਂ ਇਹ ਤੇ ਚੱਲਦੇ ਮੁਰਗ ਕਹਿੰਦੇ ਗੱਲ ਹੈ ਕਿ ਉਧਰ ਤੇ ਇੰਜੀ ਪੈੜਾ ਇਹ ਬੜਾ ਵੀ ਕਿਸੇ ਪਾਇਆ ਨਾ ਤੇ ਪੈੜਾ ਪਾ ਛੜਿਆ ਪੈੜੇ ਪਾਉਂਦੇ ਨੇ ਨਹੀਂ ਤੇ ਮਤਲਬ ਖੁੱਲੀ ਹੀ ਵਾੜੇ ਚ ਮਤਲਬ ਖੁੱਲੀ ਆਈ ਜੀ ਬਾਕੀ ਸਾਹਮਣੇ ਆ ਗਈ ਇਹ ਚੀਜ਼ ਤੱਕ ਭਰਾਵਾਂ ਨੇ ਲੈਣੀ ਹੈ ਭਾਈ ਕਿੰਨਾ ਕੁ ਚੁੰਦੇ ਹੋ ਪਿਆ ਇਸ ਟਾਈਮ ਹਾਜ਼ਰ ਮੌਕਾ ਜਿਹੜੀ ਆਪਣੀ ਤਸੱਲੀ ਹੈ ਨਾ ਕਿਸੇ ਭਰਾ ਨੂੰ ਦੇਣੀ ਹੈ ਭਾਈ ਸ਼ਾਨ ਸਾਰਾ ਦੁੱਧ ਇਸ ਵੇਲੇ ਝੋਟੀ ਕੋਲੇ 11 ਕਿਲੋ ਵੇ ਸਾਰਾ ਹਾਂਜੀ ਰਾਤ ਸੜ ਕੇ ਝੋਟੀ ਇਨਸ਼ਾਅੱਲਾ ਅੱਲਾ ਦੇ ਕਰਮ ਕਰਨ ਨਾਲ ਨਾ ਦੁੱਧ ਕਰੇਗੀ 14 ਕਿਲੋ ਇਨਸ਼ਾਅੱਲਾ ਮਾਲਕਾਂ ਦੀ ਗਾਰੰਟੀ ਹੈ ਜੀ ਬਾਕੀ ਜੀ ਹਾਜ਼ਰ ਮੌਕਾ ਜਿਹੜਾ ਦੁੱਧ ਹੈ ਨਾ ਉਹ ਇਸ ਟਾਈਮ 11 10 ਕਿਲੋ ਹੈ 5ਵੇਂ 6ਵੇਂ ਦੇ ਆ ਜਾ ਜਾ 11 ਕਿਲੋ ਹਾਂ 10 ਕਰ ਲਓ 11 ਕਰ ਲਓ ਅੱਲਾ ਦੀ ਫਰਮਾ ਕਰਨਾ ਇੰਨਾ ਪੱਕਾ ਪੱਕਾ ਸੋ ਜੀ 11 ਜਿਹੜਾ ਤੁਸੀਂ ਪਿਆਖਦਾ ਜਿਹਦਾ ਦਿਲ ਕਰਦਾ ਚੋ ਕੇ ਆਪਣੀ ਤਸੱਲੀ ਕਰੇ ਤੇ ਬਾਕੀ ਜਿਹੜੀ ਗੱਲ ਹੈ ਨਾ ਅਗਲੀ ਭਾਈ ਸਾਹਿਬ ਜਾ ਜਾ ਉਹ ਤੇ ਪਾਏ ਦਾ ਲੈਣਾ ਨਾ ਜਾ ਜਾ ਹੋ ਸਕਦਾ 16 ਵੀ ਕਰੇ ਜਾ ਇਨਸ਼ਾਅੱਲਾ ਜੀ ਮਤਲਬ ਇਹ ਤੇ ਮਾਲਕਾਂ ਦੇ ਨਸੀਬ ਮਾਲਕਾਂ ਦੇ ਨਸੀਬ ਨੇ ਅੱਗੇ ਦਿੱਤੀਆਂ ਨੇ ਮੱਝਾਂ ਜਿਹੜੀਆਂ ਪਹਿਲੇ ਨੰਬਰ ਤੇ ਗਾਂ ਤੇ ਝੋਟੀ ਜੀ ਇਸੇ
ਬਾਬੇ ਵਲਾਇਤ ਬਾਨੇ ਵਾਲੇ ਨੂੰ ਠੀਕ ਹੈ 12 ਕਿਲੋ ਤਰੋਂ ਥਣਾ ਦਾ ਦੁੱਧ ਚੋ ਕੇ ਦਿੱਤਾ ਜੀ ਐਸੇ ਲਈ ਮਾਜ ਉਹਨਾਂ ਦੇ ਘਰ 15 ਕਿਲੋ ਦੁੱਧ ਪੀ ਕਰਦੀ ਹੈ ਜ਼ਿੰਦਾਬਾਦ ਜੀ ਗਾਂ ਹੀ ਦਾ 17 ਕਿਲੋ ਦੱਸਿਆ ਸੀ 20 ਕਿਲੋ ਕਰਦੀ ਹੈ ਜ਼ਿੰਦਾਬਾਦ ਜੀ ਦੇਖੋ ਜੀ ਅਗਲੇ ਲੈ ਕੇ ਗਏ ਨਾ ਉਹਨਾਂ ਦੇ ਘਰ ਜਾ ਕੇ ਦੁੱਧ ਵਾ ਕੇ ਮੀਆਂ ਵੀ ਆ ਜਾ ਸਾਡੇ ਘਰ ਨਾਲ ਬਾਅਦ ਵੀ ਦੇਣੀਆਂ ਇਨਸ਼ਾਅੱਲਾ ਵਾ ਦੇਣੀਆਂ ਤੇ ਬਾਕੀ ਜੀ ਉਹਨਾਂ ਦੀ ਆਪਣੀ ਮਿਹਨਤ ਹੈ ਆਪਣੀ ਮਿਹਨਤ ਭਾਈ ਸਾਹਿਬ ਨਾ ਪਾਇਆ ਦਾ ਲੈਣਾ ਨਾ ਦੁੱਧ ਤੇ ਪੁੱਤਰ ਸਿਆਣਿਆਂ ਦਾ ਵੀ ਹਾਂ ਨੇ ਕਿ ਨਸੀਬ ਦਾ ਜਾ ਜਾ ਬਾਕੀ ਇਹ ਡੰਗਰ ਹੈ ਜਿੰਨੀ ਤੇ ਖਿਦਮਤ ਕਰੋਗੇ ਜਾ ਉਹਨਾਂ ਪੇ ਦੇ ਇਹ ਉਹਨਾਂ ਮੋੜ ਕੇ ਪਿਛਾ ਦੇਵੇਗਾ ਜਾ ਇਨਸ਼ਾਅੱਲਾ ਇਨਸ਼ਾਅੱਲਾ ਆ ਜੇ ਨੰਬਰ 1 ਜਿਹੜੀ ਹੈ ਨਾ ਭਾਈ ਸਾਹਿਬ ਝੋਟੇ ਪੱਕਾ ਪੀਡਾ ਮੁੱਲ ਕਿੰਨੇ ਦੇ ਦੇਣੀ ਹੈ ਮੁੱਲ ਭਾਜੀ ਦੂਜੀ ਝੋਟੀ ਵਹਾਓ ਫਿਰ ਇਕੱਠੇ ਹੀ ਲਾਉਂਦੇ ਇਨਸ਼ਾਅੱਲਾ ਇਕੱਠੇ ਹੀ ਹਾਂ ਜੀ ਜੋੜੇ ਦੇ ਲਾ ਕੇ ਜਾ ਇਨਸ਼ਾਅੱਲਾ ਭਰਾਵਾਂ ਹਾਂ ਜੀ ਲਿਓ ਜੇ ਨੰਬਰ ਜਿਹੜੀ ਹੈ 2 ਵੀ ਨੰਬਰ 1 ਮਗਰ ਕੱਟਿਆ ਨਾ ਜੀ ਜੀ 2 ਮਗਰ ਹੀ ਕੱਟੇ ਨੇ ਚਲੋ ਰੋਲੇ ਮੁੱਕਿਆ ਫੇਰ ਕੇ ਕੱਟੀ ਕੱਟੇ ਵਾਲਾ ਰੋਲਾ ਹੀ ਨਿਕਲ ਗਿਆ 2 ਮਗਰ ਕੱਟੇ ਨੇ ਜੀ ਆ ਜੇ ਭਾਈ ਸਾਹਿਬ ਨੰਬਰ ਆ ਗਿਆ ਜੀ ਬਿਲਕੁਲ ਆਰਾਮ ਨਾਲ ਦੋ ਆਰਾਮ ਨਾਲ ਜਾਣ ਦਾ ਇੱਕ ਵਾਰੀ ਬਲਾਲ ਨੂੰ ਤਸੱਲੀ ਕਰਾਉਣ ਦੇ ਆ ਜੇ ਭਾਈ ਸਾਹਿਬ ਨੰਬਰ 2 ਇਹ ਵੀ 2 ਨੰਬਰ ਝੋਟੀ ਜਿਹੜੀ ਪਹਿਲਣੀ ਸੂਈ ਜੇ ਮਗਰ ਕੱਟਾਸ ਅੱਜ 3 ਦਿਨਾਂ ਦੀ ਸੂਈ ਜੇ ਚਾਹੁੰਦੀ ਤਿੰਨਾਂ ਤੁਸ਼ਮਾਂ ਦਿਨਾਂ ਦੀ झोटी किन्नी को तसल्ली ਭਾਈ ਇਹਦੇ ਕੋਲੇ ਪੂਰਾ ਜਿਹੜਾ ਦੁੱਧ ਹੈ ਨਾ ਅਸਲੇ 10 ਕਿਲੋ ਵੇ ਜ਼ਿੰਦਾਬਾਦ ਇਸ ਟਾਈਮ ਹਾਜ਼ਰ ਮੁੱਕਿਆ ਹਾਜ਼ਰ ਮੁੱਕਿਆ ਦੋ ਟਾਈਮਾਂ ਦਾ 10 ਕਿਲੋ ਜੀ ਜੀ ਸੁਬਹ ਦੋਵਾਂ ਦੇ ਪਹਿਲਣਾ ਨੇ ਤੇ ਬਾਕੀ ਜਿਹੜੀਆਂ ਨਾ ਚੀਜ਼ਾਂ ਉਹ ਭਰਾਵਾਂ ਨੇ ਆਪੋ ਹੀ ਤੱਕ ਲੈਣੀਆਂ ਨੇ ਲਾਲ ਜਿਹੜਾ ਉਹ ਤਸੱਲੀ ਪਿਆ ਕਰਾਉਂਦਾ ਹੈ ਸਿੰਘ ਮਾਸ਼ਾਅੱਲਾ ਦੇਖੋ ਜੀ ਕਿੰਗਰੀ ਵਾਲਾ ਲੱਗਾ ਜੈਨੂਅਨ ਨੇ ਹਾਂ ਜੈਨੂਅਨ ਮਤਲਬ ਸਿੰਘ ਘੜਿਆ ਤਾਂ ਨਹੀਂ ਨਾ ਬਿਲਕੁਲ ਹੱਥ ਵਿੱਚ ਲੱਗਿਆ ਕੋਈ ਤੇਸਾ ਤੁਸਾ ਨਹੀਂ ਸੁਣ ਕੇ ਜੈਨੂਅਨ ਜੀ ਇੱਥੇ ਬੁਲਾ ਲੈ ਇੱਕ ਵਾਰੀ ਵਹਾਸ ਫੱਟੀ ਵਾਲੇ ਜਾਂ ਤੇ ਕਿੰਗਰੀ ਵਾਲੇ ਹਾਂ ਕਿੰਗਰੀ ਵਾਲੇ ਇਹੀ ਗੱਲ ਜਾਂ ਜਾਂ ਬਿਲਕੁਲ ਇੰਜੀ ਆਖਦੇ ਨੇ ਇੰਜੀ ਗੱਲ ਠੀਕ ਹੋ ਗਿਆ ਆ ਜੀ ਭਾਈ ਸਾਹਿਬ ਨੰਬਰ 1 ਤੇ ਨੰਬਰ 2 ਦੋ ਹੀ ਝੋਟੀਆਂ ਨੇ ਤੇ ਦੋਵੇ ਪਹਿਲਣਾ ਵਹਾ ਦੋਵੇ ਸੜੀਆਂ ਨੇ ਜਿਹੜੀ ਵੀ ਕਿਸੇ ਭਰਾ ਨੂੰ ਪਸੰਦ ਆਈ ਸੋਧਾ ਅੱਗੇ ਤੁਸੀਂ ਆਪ ਹੀ ਕਰਨਾ ਨੰਬਰ ਤੁਹਾਡਾ ਜਿਹੜਾ ਉਹ ਸਕਰੀਨ ਤੇ ਲਾਣਾ ਹੁਣ ਗੱਲ ਆ ਗਈ ਹੈ ਫਿਰ ਟੁਰ ਕੇ ਮੁੱਲ ਤੇ ਜੀ ਦੋਵਾਂ ਦਾ ਲਾਣਾ ਜੇ ਜਾਂ ਪੁੱਠੇ ਦਾ ਲਾਣਾ ਜੇ ਦੋਵਾਂ ਦੇ ਲਾਣੇ ਅਲੱਗ ਅਲੱਗ ਇੱਕੋ ਹੀ ਮਤਲਬ ਮੁੱਲ ਹੈ ਦੋਵਾਂ ਦਾ ਇਨਸ਼ਾਅੱਲਾ ਜੀ ਮੁੱਲ ਤੇ ਸਾਡਾ ਦੂਸਰੀ ਝੋਟੀ ਦਾ ਜ਼ਿਆਦਾ ਹੀ ਕਰਨ ਦੇ ਦਿਲ ਕਰਦਾ ਲੇਕਿਨ ਭਰਾਵਾਂ ਨਾਲ ਮਤਲਬ ਵਾਅਦਾ ਕੀਤਾ ਹੋਵੇ ਰੋਜ਼ੀ ਜਾਇਜ਼ ਹੀ ਲੈ ਕੇ ਦੇਣੀ ਜ਼ਿੰਦਾਬਾਦ ਜੀ ਦੇਖੋ ਭਾਈ ਸਾਹਿਬ ਰੋਜ਼ੀ ਜਿਹੜੀ ਹੈ ਨਾ ਇਹ ਲੈਣਾ ਹੱਕ ਬਣਦਾ ਲੈਣੀ ਚਾਹੀਦੀ ਹੈ ਕਿਉਂਕਿ ਪੇਟ ਵਾਸਤੇ ਕਰੀਦਾ ਨਾ ਹਾਂ ਜੀ ਤੇ ਇਸ ਵਾਸਤੇ ਸਿਰਫ ਇੰਨਾ ਕਿਹਦਾ ਕਿ ਜੈਦ ਯਾਰ ਜਾ ਜਾ ਆਪਣੀ ਜੈਦ ਜੀ ਰੋਜ਼ੀ ਲੱਭੇ ਡੰਗਰ ਦੇਖੋ ਜੀ ਜੈਦ ਮੁੱਲ ਲਾਓ ਨਾ ਜਾ ਸ਼ਾਮਾਂ ਨੂੰ ਜਾਂ ਕੱਲ ਨੂੰ ਵਿਕ ਜਾਣ ਦੇ ਇਨਸ਼ਾਅੱਲਾ ਇਹ ਬੰਨਣ ਦੇ ਬਜਾਏ ਨਾ ਇਹਨਾਂ ਜੋ ਜ਼ਿਆਦਾ ਲੈਣ ਦੇ ਬਜਾਏ ਇਹਨੇ ਜੇ ਇਹਨੂੰ 2 ਲਿਆ ਕੇ ਹੋਰ ਬੰਦਾ ਵੇਚ ਜਾ ਬਿਲਕੁਲ ਇੰਜੇ ਗੱਲ ਭਾਈ ਆ ਉੱਤੇ ਹੀ ਬਰਾਬਰ ਆ ਜਾ ਜਾ ਲਾਓ ਜੀ ਬਿਸਮਿਲ੍ਲਾ ਪੜੋ ਹੋ ਜੀ ਨੰਬਰ 1 ਕਿੰਨੇ ਦੀ ਦੇਣੀ ਤੇ ਨੰਬਰ 2 ਜਿਹੜੀ ਹੈ ਕਿੰਨੀ ਭਾਈ ਸ਼ਾਨ ਜਿਹੋ ਜੀਆਂ ਝੋਟੀਆਂ ਨੇ ਇਹਨਾਂ ਨੂੰ ਵੇਖੀਏ ਤੇ ਮੁੱਲ ਤੇ ਕਰਦਾ 3-3 ਲੱਖ ਲਾਣ ਦੇ ਲੇਕਿਨ ਅਸਾਂ ਮਤਲਬ ਬਿਲਕੁਲ ਜਾਇਜ਼ ਰੇਟ ਲਾਣਾ 3.5 ਵੀ ਨਹੀਂ ਲਾਣਾ 2,70,000 गुजरात तहसील भी गुजरात पिंड मलकपुर मिसरा किसी भी भरा होना हो गुजरात तो वाया फतेहपुर ਫਤਿਹਪੁਰ ਤੋਂ ਪੇਰੋ ਸ਼ਾਹ ਦੇ ਨਾਲ ਹੀ ਜਿਹੜਾ ਨਾ ਜੋੜਮਾ ਪਿੰਡ ਹੈ ਤਕਰੀਬਨ ਅੱਗੇ 1 ਜਾਂ 1.5 ਕਿਲੋਮੀਟਰ ਇੰਨੇ ਹੀ ਬਣਦਾ ਬਾਕੀ ਮਜ਼ੀਦ ਕਿਸੇ ਆਉਣਾ ਹੋਵੇ ਤੇ ਲੋਕੇਸ਼ਨ ਜਿਹੜੀ ਉਹ ਭਾਈ ਸਾਹਿਬ ਕੋਲ ਵਟਸਐਪ ਤੇ ਇਹਨਾਂ ਦੀ ਮੰਗਾ ਕੇ ਆ ਸਕਦਾ ਬਾਕੀ ਨੰਬਰ ਇਹਨਾਂ ਦਾ ਜਿਹੜਾ ਨਾ
मकसद नहीं बाकी जी दूजा भाई साहब कोई भी भरा लवे ना तसल्ली करे डंगर मसला होवे ना सोने दी मोहर दा बयाना ना वापस होवेगा जे ना कोई आवे ते गल है जी बाकी देखो जी खड़ना तो उन्हें जिदे नसीब विक जाना ओने नहीं लिया अभी दो धड़े डकाई सो कोई और ले गया लेकिन नहीं करना चाहिए गलत काम है किस वास्ते के बंदे दे रूटीन उन्हें बेच के अगो फिर नवियां लिया माए डॉक्टर दो धड़े चार धड़े बजी रवे फायदा कोई लैनी है डॉक्टर रबता कर माए पसंद है पहला तो अपने जिन्हें भी दीज ने ना उन्होंने को पसंद कराओ बिलकुल बिलकुल पसंद आवे तो बिस्मिल्लाह पढ़ो अगली गल तो खुदा को नंबर बोलो हाँ जी अपना हाँ जी 0301-59-14-503 फिर बोलो 0301-59-14-503 व्हाट्सएप का नंबर दे रहा ना 0311 बाकी जी मेहर करना इंशाल्लाह भरावां नूं वीडियो पसंद आउंदी वीडियो नूं लाइक भी कर दिओ वीडियो नूं शेयर भी कर दिओ इसे वीडियो दे नाल दिओ इजाजत आओ जी कैसे ने बंदे ठीक ने चलो जी दुआ करो हमेशा जेड़ा सारे भरा गो ने जिन्ने साडी वीडियो तकदे ने ना असि उन्हां वास्ते दुआ करदे रहने बाकी चैनल तकदे हो ना दूजिया वीडियो तक कैसा जा रहा को गलती सही है वीडियो जे दस लो भाई दी शान कोई गलती सोने जानवर सोने जी 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 वीडियो भी जबरदस्त है जी ठीक हो गया जी बाकी जी नारा जेड़ा ना सारिया ने मारना भाई साहब अहमद दा शुक्रिया आ जाओ इत्थे ना चलो लेट हो गए और सुनाओ खैर चलो जी ठीक है उम्मीद करना जी इंशाल्लाह भरावां नूं वीडियो पसंद आउंदी वीडियो नूं लाइक भी कर दिओ वीडियो नूं शेयर भी कर दिओ इसे वीडियो दे नाल दिओ इजाजत इंशाल्लाह अगली वीडियो दे नाल फिर हाजर होवांगे पाकिस्तान जिंदाबाद।